2 ਤਰੀਕ ਤੋਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਖਾਸਾ ਅਹਿਮ ਰਹੇਗਾ ਇਜਲਾਸ, ਕਈ ਮਸਲਿਆਂ ਨੂੰ ਲੈ ਕੇ ਇਸ ਦੇ ਵਿੱਚ ਚਰਚਾ ਹੋਏਗੀ। MLA ਸਾਡੇ ਨਾਲ ਨੇ, ਗੱਲਬਾਤ ਕਰ ਲੈਣੇ ਸਭ, ਕਿਹੜੇ ਕਿਹੜੇ ਸਵਾਲ ਦੇ ਰਹੇ ਹੋ ਵਿਧਾਨ ਸਭਾ ਦੇ ਵਿੱਚ, ਜਿਨ੍ਹਾਂ ਦੇ ਉੱਪਰ ਚਰਚਾ ਚਾਹੁੰਦੇ ਹੋ ਇਸ ਵਾਰ? ਦੇਖੋ ਜੀ, ਉਹ ਜਿਹੜੇ ਸਵਾਲਾਤ ਵਿਧਾਨ ਸਭਾ ਵਿੱਚ ਹੋਣੇ ਨਾ, ਜਦੋਂ ਸਵਾਲ ਚੁੱਕਾਂਗੇ ਉਦੋਂ ਤੁਸੀਂ ਵੀ ਦੇਖੋਗੇ, ਸਾਰੀ ਦੁਨੀਆ ਦੇਖੇਗੀ, ਹੈ ਜੀ, ਦੇਖੇਗਾ। ਮਸਲੇ ਹੈਗੇ ਨੇ ਮਲੇਰਕੋਟਲਾ ਨਾਲ ਜੁੜੇ ਹੋਏ, ਜਿਨ੍ਹਾਂ ਦਾ ਹੱਲ ਚਾਹੁੰਦੇ ਹੋ? ਨਹੀਂ, ਐਕਚੁਅਲੀ ਇੱਦਾਂ ਹੈ ਕਿ ਇਨਸਾਨੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੱਥੇ ਵੀ ਇਨਸਾਨ ਵੱਸਦੇ ਨੇ ਉੱਥੇ ਮਸਲੇ ਵੀ ਹੁੰਦੇ ਨੇ, ਔਰ ਨਾਲ ਦੀ ਨਾਲ ਉਹਨਾਂ ਦਾ ਹੱਲ ਵੀ ਹੁੰਦਾ ਹੈ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਪੰਜਾਬ ਦੇ ਬੜੇ ਬੜੇ ਮਸਲੇ ਹੱਲ ਕਰ ਰਹੇ ਨੇ। ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਅਤੇ ਖੇਡਾਂ ਦੇ ਮੈਦਾਨ 'ਚ ਬਹੁਤ ਜ਼ਿਆਦਾ ਮਤਲਬ ਅਸੀਂ ਅੱਗੇ ਵਧੇ ਹਾਂ। ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਖੇਡਾਂ ਪ੍ਰਤੀ ਜੋ ਨੀਤੀ ਹੈ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ, ਉਹਦੇ ਨਾਲ ਅੱਜ ਦੇਖ ਰਹੇ ਹਾਂ ਅਸੀਂ ਕਿ ਪੂਰੇ ਪੰਜਾਬ 'ਚ ਖੇਡਾਂ ਦੇ ਮੈਦਾਨਾਂ ਦੇ ਵਿੱਚ ਰੌਣਕਾਂ ਪਰਤਾਈਆਂ ਨੂੰ, ਅਤੇ ਐਜੂਕੇਸ਼ਨ ਦੇ ਵਿੱਚ ਸੁਧਾਰ ਦੇ ਲਈ ਅਸੀਂ ਬੜੇ ਉਪਰਾਲੇ ਕਰ ਰਹੇ ਹਾਂ। ਸਿਹਤ ਸੁਧਾਰ ਦੇ ਲਈ ਬੜੇ ਮਤਲਬ ਮਾਨ ਸਾਹਿਬ ਦੀ ਸਰਕਾਰ ਬੜੇ ਉਪਰਾਲੇ ਕਰ ਰਹੀ, ਅਸੀਂ ਸਾਰੇ ਉਹਨਾਂ ਦੇ ਨਾਲ ਲੱਗ ਕੇ ਮੋਢਾ ਮੋਢਾ ਲਾ ਕੇ ਅਸੀਂ ਅੱਗੇ ਵੱਧ ਰਹੇ ਹਾਂ, ਅਤੇ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਪੰਜਾਬ ਨੂੰ ਅਸੀਂ ਤਰੱਕੀ ਦੇਵਾਂਗੇ। ਆ ਤੁਸੀਂ ਦੇਖੋ ਕਿ ਪੂਰੇ ਪੰਜਾਬ ਦੇ ਅੰਦਰ ਕੱਸੀਆਂ ਸੂਈਆਂ ਦਾ ਜਾਲ ਵਿਛਾਤਾ, ਔਰ ਪਾਈਪਿੰਗ ਦੇ ਲਈ ਨਾਲ ਅਸੀਂ ਪਾਣੀ ਮਤਲਬ ਦੇ ਰਹੇ ਹਾਂ। ਮਾਨਯੋਗ ਮੁੱਖ ਮੰਤਰੀ ਸਾਹਿਬ ਬੜੇ ਮਤਲਬ ਵੀ ਇਹਨਾਂ ਵਿਸ਼ਿਆਂ 'ਤੇ ਸੰਜੀਦਾ ਹਨ, ਔਰ ਉਹਨਾਂ ਨੇ ਬਹੁਤ ਤੇਜ਼ੀ ਨਾਲ ਇਹਨਾਂ ਵਿਸ਼ਿਆਂ 'ਤੇ ਮੁੱਦਿਆਂ 'ਤੇ ਕੰਮ ਕੀਤਾ ਹੈ। ਬਿਜਲੀ ਦਾ ਤੁਹਾਡੇ ਸਾਹਮਣੇ ਹੈ ਕਿ ਕਿਸਾਨਾਂ ਨੂੰ ਵੀ ਘਰਾਂ 'ਚ ਵੀ ਲਗਾਤਾਰ ਬਿਜਲੀ ਮਿਲੀ ਹੈ, ਔਰ ਕਿਸਾਨ ਵੀ ਖੁਸ਼ ਨੇ, ਸਾਰੇ ਖੁਸ਼ ਨੇ। ਇੰਡਸਟਰੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਾਹਰੋਂ ਲੈ ਕੇ ਆਏ ਨੇ, ਉਹਦੇ ਨਾਲ ਸਾਡੇ ਨੌਜਵਾਨਾਂ ਨੂੰ ਵੱਡੇ ਵੱਡੇ ਰੁਜ਼ਗਾਰ ਮਿਲੂ। ਸਰਕਾਰੀ ਨੌਕਰੀਆਂ ਲਗਭਗ 45,000 ਨੌਕਰੀਆਂ ਦੇ ਚੁੱਕੇ ਹਾਂ ਜੀ, ਅਤੇ ਪਹਿਲਾਂ ਸਰਕਾਰਾਂ ਪੂਰਾ ਰਿਪੋਰਟ ਕਾਰਡ ਤੁਹਾਡੇ ਹੱਥ ਦੇ? ਬਿਲਕੁਲ ਬਿਲਕੁਲ, ਪਿਛਲੀਆਂ ਸਰਕਾਰਾਂ ਨੇ ਕੀਤੀ ਕੁਛ ਨਹੀਂ ਜੀ। ਚਲੋ MLA ਸਾਹਿਬ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਤੁਹਾਡੇ ਕਿਹੜੇ ਮਸਲੇ ਨੇ, ਤੁਸੀਂ ਕਿਹੜੇ ਮਸਲਿਆਂ ਦਾ ਹੱਲ ਚਾਹੁੰਦੇ ਹੋ? ਵਿਧਾਨ ਸਭਾ ਇਜਲਾਸ ਆ ਰਿਹਾ, ਕੀ ਕੁਛ ਲੈ ਕੇ ਆ ਰਹੇ ਹੋ ਇਜਲਾਸ ਦੇ ਵਿੱਚ? ਦੇਖੋ, ਸਾਡੇ ਜਿਹੜੇ ਮਸਲੇ ਜਿਹੜੇ ਵੀ ਦੇ ਪਿਛਲੇ 2.5 ਸਾਲ ਦੇ ਵਿੱਚ ਬਹੁਤ ਵੱਡੇ ਮਸਲੇ ਸਾਡੇ ਹੱਲ ਹੋਏ ਨੇ। ਜਿਹੜਾ ਮੈਂ ਕਹਿ ਸਕਦਾ ਮੇਰੇ ਹਲਕੇ ਦਾ ਸਭ ਤੋਂ ਵੱਡਾ ਮਸਲਾ ਘੱਗਰ ਦਰਿਆ ਦਾ ਸੀ। ਪਿੱਛੇ ਇੰਨੀ ਜ਼ਿਆਦਾ ਬਰਸਾਤਾਂ ਹੋ ਗਏ ਅਤੇ ਇੰਨੇ ਜ਼ਿਆਦਾ ਹੜ੍ਹ ਆ ਗਏ, ਅਤੇ ਫਿਰ ਉਤੋਂ ਬੱਸੋਂ ਬਾਹਰ ਦੀ ਗਲਤੀ, ਪਿਛਲੇ 30 ਸਾਲਾਂ 'ਚ ਇੰਨਾ ਪਾਣੀ ਨਹੀਂ ਆਇਆ ਸੀ। ਪਰ ਅਸੀਂ ਕਾਮਯਾਬ ਹੋਏ ਹਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਕਿ ਅਸੀਂ ਜੋ ਉੱਥੇ ਮਕਰੋੜ ਤੋਂ ਕੜੈਲ ਤੱਕ ਦਾ ਸੀ 18 ਕਿਲੋਮੀਟਰ ਦਾ ਏਰੀਆ, ਅਸੀਂ ਸਾਰੇ 'ਤੇ 15 ਫੁੱਟ ਚੌੜਾ ਇਸ ਤਰ੍ਹਾਂ ਦਾ ਬੰਨਤਾ ਕਿ ਸਾਨੂੰ ਕਿਸੇ ਕਿਸਮ ਦੀ ਗੁੰਜਾਇਸ਼ ਨਹੀਂ ਰਹਿ ਗਈ ਕਿ ਘੱਗਰ ਦਰਿਆ ਕੋਈ ਮਾਰ ਕਰ ਸਕੇ। ਸੋ ਹੋਰ ਵੀ ਜਿੰਨੇ ਸਾਡੇ ਮਸਲੇ ਦੀ ਉਹ ਸਾਰੇ ਹੱਲ ਹੋ ਰਹੇ ਨੇ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ। ਬਾਕੀ ਆਮ ਆਦਮੀ ਪਾਰਟੀ ਲੋਕਾਂ 'ਚ ਕਿੰਨਾ ਲੋਕਪ੍ਰਿਯ ਹੋਏ ਹੁਣ ਤੁਸੀਂ ਜਾਣਦੇ ਹਾਂ। ਦੇਖੋ, ਲੇਕਿਨ ਵਿਰੋਧੀ ਕਹਿੰਦੇ, ਵਿਰੋਧੀ ਕਮਰ ਖਿੱਚ ਕੇ ਬੈਠੇ ਨੇ ਔਰ ਕਈ ਵੱਡੇ ਮਸਲੇ ਲੈ ਕੇ ਕਹਿੰਦੇ ਉਹ ਸੱਤਾ ਧਿਰ ਨੂੰ ਘੇਰਨ ਦੀ ਤਿਆਰੀ ਕਰ ਰਹੇ। ਦੇਖੋ, ਕੋਈ ਗੱਲ ਨਹੀਂ, ਤਾਂ ਸਾਹਮਣੇ ਆਏ ਤਾਂ ਪਤਾ ਲੱਗੂਗਾ। ਬਾਕੀ ਦੇਖੋ, ਲੋਕਪ੍ਰਿਯਤਾ ਦੀ ਗੱਲ ਇਸ ਤਰੀਕੇ ਕੀਤੀ ਜਾ ਸਕਦੀ ਹੈ। ਡਾਕਟਰ ਸੁਖਵਿੰਦਰ ਸੁੱਖੀ ਸਾਡੇ ਸ਼ਾਮਿਲ ਹੋਏ, ਆ ਡਿੰਪੀ ਢਿੱਲੋਂ ਜਿਹੜੇ ਵੱਡਾ ਚਿਹਰਾ ਸੀ ਇਹਨਾਂ ਦੇ, ਉਹ ਸਾਡੇ 'ਚ ਸ਼ਾਮਿਲ ਹੋ ਰਹੇ ਨੇ। ਕੋਈ ਤਾਂ ਗੱਲ ਹੋਊਗੀ, ਸਾਨੂੰ ਕਰ ਰਹੇ ਸ਼ਾਮਿਲ ਹੋ ਰਹੇ, ਤਾਂ ਉਹਨਾਂ ਦਾ ਹੀ ਬਿਆਨ ਹੈ, ਉਹਨਾਂ ਦਾ ਹੀ ਬਿਆਨ ਹੈ। ਸੋ ਇਸ ਕਰਕੇ ਵੈਲਕਮ ਕਰਨ ਲਈ ਤਿਆਰ ਹੋ? ਬਿਲਕੁਲ, ਅਸੀਂ ਜਦੋਂ ਸਾਡੇ 'ਚ ਆਏਗਾ
ਅਸੀਂ ਗਲਬੱਕੜੀ ਪਾਵਾਂਗੇ, ਵੈਲਕਮ ਕਰਾਂਗੇ, ਸਭ ਕੁਝ ਕਰਾਂਗੇ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਰਨ ਨੂੰ ਤਿਆਰ ਆਂ, ਤੁਹਾਨੂੰ ਵੀ ਵੈਲਕਮ ਕਰਨ ਤਿਆਰ ਹੈ ਪਿਆ ਜੋ ਪੱਤਰਕਾਰੀ ਰਹਿ ਲੈਣ ਦੇ। ਇੱਕ ਹੋਰ ਵੱਡਾ ਮਸਲਾ ਤੁਹਾਡੇ ਹਲਕੇ ਨਾਲ ਤਾਲੁਕ ਰੱਖਦਾ ਹੋਇਆ, ਅੱਜ ਡੀ ਜੀ ਪੀ ਸਾਹਿਬ ਨੂੰ ਵੀ ਸੀ ਐਸ ਨੇ ਚਿੱਠੀ ਲਿਖੀ ਹੈ, ਇੱਕ ਜਿਹੜੀ ਸੈਂਟਰ ਦਾ ਪ੍ਰੋਜੈਕਟ ਹੈ ਜਿਹੜਾ ਐਕਸਪ੍ਰੈਸ ਹਾਈਵੇ ਬਣ ਰਿਹਾ, ਉਸ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਕੁਛ ਇੱਕ ਜ਼ਮੀਨ ਇਹੋ ਜਿਹੀ ਹੈ ਜਿਸ ਦੇ ਅਧਿਗ੍ਰਹਿਣ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ। ਕੀ ਪੂਰਾ ਮਸਲਾ, ਕਿਆ ਮਸਲਾ ਹੱਲ ਹੋ ਪਾਇਆ, ਕਿਸਾਨਾਂ ਨਾਲ ਕੋਈ ਗੱਲਬਾਤ ਹੋਈ ਹੈ? ਕਿਉਂਕਿ ਅੱਜ ਡੀ ਜੀ ਪੀ ਨੂੰ ਲੈਟਰ ਲਿਖ ਕੇ ਅਤਿਰਿਕਤ ਫੋਰਸ ਜਿਹੜੀ ਹੈ ਉਹ ਭੇਜਣ ਦੀ ਮੰਗ ਕੀਤੀ ਹੈ ਸੀ ਐਸ ਨੇ। ਬਿਲਕੁਲ, ਉਹ ਮਸਲਾ ਜਿਹੜਾ ਹੈਗਾ ਉਹ ਸਾਡੇ ਉੱਥੇ ਡਿਪਟੀ ਕਮਿਸ਼ਨਰ ਸਾਹਿਬਾ, ਹਾਂਜੀ, ਔਰ ਐਸ ਡੀ ਐਮ ਸਾਹਿਬਾ ਉਹਨਾਂ ਦੇ ਧਿਆਨ 'ਚ ਹੈ, ਮੇਰੇ ਧਿਆਨ 'ਚ ਹੈ। ਉਹ ਅੱਜ ਕੱਲ੍ਹ 'ਚ ਉਹਦਾ ਕਬਜ਼ਾ ਹੋ ਜਾਣਾ, ਅੱਜ ਹੋ ਵੀ ਗਿਆ, ਕੁਛ ਹੋ ਜਾਣਾ। ਪ੍ਰਗਤੀ ਮੀਟਿੰਗ ਕੱਲ੍ਹ ਸੀ ਐਮ ਸਾਹਿਬ ਪੀ ਐਮ ਸਾਹਿਬ ਲੈਣ ਜਾ ਰਹੇ ਨੇ, ਸੀ ਐਮ ਵੀ ਉਸ ਦੇ ਵਿੱਚ ਸ਼ਾਮਿਲ ਹੋਣਗੇ, ਔਰ ਜਿਸ ਢੰਗ ਦੇ ਨਾਲ ਕੇਂਦਰ ਦਾ ਰੁੱਖ ਰਿਹਾ, ਪਹਿਲਾਂ ਵੀ ਇਹ ਕਿਹਾ ਗਿਆ ਕਿ ਕਈ ਪ੍ਰੋਜੈਕਟ ਜਿਹੜੇ ਨੇ ਉਹ ਬੰਦ ਹੋ ਗਏ, ਕਈ ਹੋਰ ਬੰਦ ਹੋ ਸਕਦੇ ਨੇ, ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਨਹੀਂ, ਇੱਦਾਂ ਦਾ ਇਹ ਮਤਲਬ ਵੀ ਕੋਈ ਮਸਲਾ ਨਹੀਂ ਹੈ ਕਿ ਪ੍ਰੋਜੈਕਟ ਕੋਈ ਬੰਦ ਹੋ ਜਾਏਗਾ, ਥੋੜ੍ਹੀ ਬਹੁਤ ਲੇਟ ਹੋ ਸਕਦਾ ਹੈ ਅਤੇ ਉਹ ਜਿਹੜੀ ਦੇਰੀ ਹੈ ਉਸ ਨੂੰ ਵੀ ਕਵਰ ਕੀਤਾ ਜਾ ਰਿਹਾ, ਔਰ ਮਤਲਬ ਸਮੂਥਲੀ ਕੰਮ ਹੋ ਰਿਹਾ। ਇਹਦੇ 'ਚ ਗੱਲ ਹੋਰ ਹੈ ਜੀ, ਜਿਹੜੀ ਇਹ ਧਮਕੀ ਦਿੰਦੇ ਆ ਕਿ ਅਸੀਂ ਬੰਦ ਕਰ ਦੇਂਗੇ, ਇਹਦਾ ਸੋਲਿਊਸ਼ਨ ਵੀ ਕੇਂਦਰ ਦੀ ਸਰਕਾਰ ਕੋਲ ਹੈ। ਇੱਕ ਪਾਸੇ ਤਾਂ 50,000 ਕਰੋੜ ਰੁਪਈਆ ਪੰਜਾਬ ਦੇ ਵਿੱਚ ਲਾਉਣ ਦੀ ਗੱਲ ਕਰਦੇ ਆ, ਦੂਜੇ ਪਾਸੇ ਪੰਜਾਬ ਦੀਆਂ ਜ਼ਮੀਨਾਂ ਦਾ ਰੇਟ ਸਾਰੇ ਪ੍ਰਦੇਸ਼ਾਂ ਨਾਲੋਂ ਵੱਧ ਹੈ। ਜੇ ਹੁਣ ਉਹਨਾਂ ਨੂੰ ਕਿਸੇ ਵੀ ਕਿਸਾਨ ਦੀ ਅਸੀਂ ਜ਼ਮੀਨ ਲੈਂਦੇ ਹਾਂ, ਉਹਨੂੰ ਕੋਈ ਵਾਜਬ ਤੋਂ ਦੁੱਗਣਾ ਰੇਟ ਤਾਂ ਮਿਲਣਾ ਚਾਹੀਦਾ। ਜਿਹੜਾ ਬੰਦਾ ਉੱਜੜ ਕੇ ਜਾਏਗਾ ਉਹ ਕਿਤੇ ਤਾਂ ਜਾ ਕੇ ਆਪਣਾ ਵਸੇਬਾ ਕਰੇਗਾ। ਸੋ ਇਹਦਾ ਹੱਲ ਵੀ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ। ਨਹੀਂ, ਇੱਕ ਇਹਦਾ ਹੋਰ ਅਲਟਰਨੇਟਿਵ ਵੀ ਹੈ ਕਿ ਠੇਕੇ 1,000 ਕਰੋੜ ਦੇ ਦਿੰਦੇ ਆ, ਠੇਕੇਦਾਰਾਂ ਦੀ ਡਿਊਟੀ ਲਾ ਦੇਣਾ। ਜੇ ਮਸਲਾ ਹੱਲ ਕਰਨਾ ਹੋਵੇ, ਲੋਕਾਂ ਨੂੰ ਪੈਸੇ ਤੱਕ ਮਤਲਬ ਹੈ, ਲੋਕ ਇਹ ਨਹੀਂ ਕਿ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੇ ਲੋਕ ਲੁੱਟਣਾ ਚਾਹੁੰਦੇ ਆ, ਪਰ ਉਹ ਇੰਨਾ ਕੁ ਤਾਂ ਚਾਹੁੰਦੇ ਆ ਵੀ ਸਾਡੀ ਭਰਪਾਈ ਹੋਵੇ, ਜੇ ਦੂਜੀ ਜਗ੍ਹਾ ਮਕਾਨ ਬਣਾਵਾਂਗੇ ਜਾ ਕੇ ਰਹਾਂਗੇ ਤਾਂ ਉਸ ਤਰ੍ਹਾਂ ਦਾ ਮੁਆਵਜ਼ਾ ਦੇਣਾ ਚਾਹੀਦਾ। ਇਹ ਵੀ ਕੇਂਦਰ ਸਰਕਾਰ ਨੂੰ ਹੱਲ ਕਰਨਾ ਚਾਹੀਦਾ। ਲੇਕਿਨ ਇਸ ਦੇ ਬਨਿਸਬਤ ਕੇਂਦਰ ਜਿਹੜਾ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਮਸਲਾ ਬਣਾ ਕੇ ਸਰਕਾਰ ਨੂੰ ਘੇਰ ਰਿਹਾ, ਲਾਅ ਐਂਡ ਆਰਡਰ ਦੀ ਪੋਜੀਸ਼ਨ ਉਹਨਾਂ ਕ੍ਰੀਏਟ ਕੀਤੀ ਹੈ। ਜੇ ਕਿਸੇ ਨੂੰ ਆਪਾਂ ਵਾਜਬ ਮੁੱਲ ਦੇ ਰਹੇ ਹਾਂ, ਕੋਈ ਪ੍ਰੋਬਲਮ ਕ੍ਰੀਏਟ ਹੀ ਨਹੀਂ ਹੁੰਦੀ, ਇਸ ਕਰਕੇ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਤਾਂ ਜੇ ਕਬਜ਼ਾ ਜਿਹੜਾ ਥਰੂ ਪੁਲਿਸ ਲੈਣਾ ਪਿਆ, ਇਸ ਲਈ ਲੈਣਾ ਪਿਆ ਨਾ। ਮਸਲਾ ਸਿਰਫ ਇਹੀ ਹੈ ਕਿ ਉਹਨਾਂ ਨੂੰ ਉਚਿਤ ਮੁਆਵਜ਼ਾ ਨਹੀਂ ਮਿਲਦਾ। ਉਚਿਤ ਮੁਆਵਜ਼ਾ ਦੇਣ, ਲੋਕ ਤਾਂ ਹੱਥੋਂ ਹੱਥੀ ਤਿਆਰ ਨੇ। ਤੁਹਾਡਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਸਲਾ ਹੱਲ ਹੋ ਰਿਹਾ, ਕਿਆ ਹੁਣ ਕਿਸਾਨ ਰਜ਼ਾਮੰਦ ਹੋ ਗਿਆ? ਬਿਲਕੁਲ ਜੀ, ਐਕਚੁਅਲੀ ਬਾਤ ਇਹੀ ਸੀ ਕਿ ਮਾਕੂਲ ਮੁਆਵਜ਼ਾ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਸੀ, ਅਤੇ ਕਈ ਇੱਕ ਤਕਸੀਮ ਦੇ ਰੌਲੇ ਸੀ, ਇੰਟਰਨਲ ਤਕਸੀਮ ਦੇ ਰੌਲੇ ਸੀ, ਜਿਹਦੇ ਕਰਕੇ ਉਹ ਪਟੀਸ਼ਨਾਂ ਚੱਲ ਰਹੀਆਂ ਸੀ ਐਸ ਡੀ ਐਮ ਸਾਹਿਬਾਂ ਕੋਲੇ, ਅਤੇ ਉਹ ਨਿਪਟਾਰਾ ਹੋ ਗਿਆ, ਠੀਕ ਹੈ, ਕਬਜ਼ਾ ਹੋ ਗਿਆ। ਸਵਾਲ, ਕਿਉਂਕਿ ਕਿਸਾਨਾਂ ਦੀ ਗੱਲ ਹੋਈ, ਕੰਗਣਾ ਰਣੌਤ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਆ, ਉਸਦਾ ਜਿਹੜਾ ਬਿਆਨ ਆਇਆ ਕਿਸਾਨਾਂ ਨੂੰ ਲੈ ਕੇ, ਕਿਸ ਤਰ੍ਹਾਂ ਦੇਖਦੇ ਹੋ? ਵੱਡੇ ਪੱਧਰ 'ਤੇ ਕਿਸਾਨ ਵਿਰੋਧ ਕਰ ਰਹੇ ਨੇ, ਬੀਜੇਪੀ ਉਸ ਬਿਆਨ ਤੋਂ ਪੱਲਾ ਛੁਡਾ ਰਹੀ। ਦੇਖੋ, ਕੰਗਣਾ ਰਣੌਤ ਦੇ ਜਿੰਨੇ ਬਿਆਨ ਨੇ ਸਾਰੇ ਵਿਵਾਦਿਤ ਬਿਆਨ ਨੇ, ਜਿਹੜੇ ਉਹਨੂੰ ਨਹੀਂ ਚਾਹੀਦੇ। ਰਾਜਨੀਤੀ ਅਲੱਗ ਖੇਤਰ ਹੈ ਅਤੇ ਜਿਹੜੇ ਖੇਤਰ 'ਚੋਂ ਆਈ ਹੈ ਉਹ ਅਲੱਗ ਹੈ। ਇਹਦੇ ਨਾਲ ਆਪਸੀ ਭਾਈਚਾਰੇ ਦਾ ਫਰਕ ਪੈਂਦਾ ਅਤੇ ਆਪਣੇ ਆਪਸ ਦੇ ਸੰਬੰਧਾਂ ਦਾ ਫਰਕ ਪੈਂਦਾ। ਇਹ ਬਿਆਨ ਉਹਨੂੰ ਦੇਣੇ ਨਹੀਂ ਚਾਹੀਦੇ, ਬਿਲਕੁਲ ਬਿਆਨ ਗਲਤ ਨੇ। ਕਿਸਾਨ ਵੀ ਰੀੜ੍ਹ ਦੀ ਹੱਡੀ ਨੇ, ਸਭ ਕੁਝ ਠੀਕ ਹੈ, ਪਰ ਇਹ ਬਿਆਨਾਂ ਦੇ ਨਾਲ ਗਲਤ ਜਿਹੜੀ ਧਾਰਨਾ ਪੈਦਾ ਕੀਤੀ ਜਾ ਰਹੀ ਹੈ, ਜਿਹੜੀ ਉਹਨੂੰ ਨਹੀਂ ਚਾਹੀਦੀ। ਬੀਜੇਪੀ ਇਹ ਉਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ। ਜੇ ਬੀਜੇਪੀ ਉਸ ਇਸ ਗੱਲ 'ਤੇ ਕਹਿੰਦੀ ਹੈ ਕਿ ਸਾਡਾ ਬਿਆਨ ਨਹੀਂ, ਤਾਂ ਉਹਦੇ ਕਾਰਵਾਈ ਕਿਉਂ ਨਹੀਂ ਕਰਦੇ ਉਹ? ਇਹ ਬੀਜੇਪੀ ਵਾਲੇ ਕਰਾਉਂਦੇ ਨੇ, ਕਹਾਉਂਦੇ ਨੇ, ਇਹ ਕੀ ਕਰਦੇ ਨੇ ਇਹੀ ਜਾਣਦੇ ਨੇ, ਪਰ ਇਹ ਦੇਸ਼ ਦੇ ਲਈ ਗਲਤ ਹੋ ਰਿਹਾ। ਕਿਸਾਨ ਜਿਹੜੇ ਨੇ ਉਹ ਅੰਨਦਾਤਾ ਹਨ,
ਤੇ ਕਿਸਾਨ ਰੀੜ ਦੀ ਹੱਡੀ ਸਾਡੀ ਅਰਥ ਵਿਵਸਥਾ ਦੇ ਹਨ, ਉਹਨਾਂ ਦੇ ਖਿਲਾਫ਼ ਇੱਦਾਂ ਦੇ ਇਰਰਿਸਪੋਂਸੀਬਲ ਬਿਆਨਾਂ ਦੇਣਾ ਇਹ ਮੰਦਭਾਗੀ ਗੱਲ ਹੈ। ਕੰਗਣਾ ਰਣੌਤ ਨੂੰ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਕਿਸਾਨਾਂ ਨੂੰ ਸਾਨੂੰ ਹੌਸਲਾ ਅਫਜ਼ਾਈ ਦੇਣੀ ਚਾਹੀਦੀ ਹੈ, ਜਿਹੜੇ ਪੂਰੇ ਦੇਸ਼ ਦੇ ਅੰਨ ਦੇ ਅਨਾਜ ਭਰਦੇ ਨੇ ਔਰ ਬੜੀ ਮਿਹਨਤ ਮੁਸ਼ੱਕਤ ਦੇ ਨਾਲ ਉਹ ਅਨਾਜ ਪੈਦਾ ਕਰਦੇ ਨੇ ਅਤੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਨੇ। ਯਾਨੀ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਸਨਮਾਨ ਦੇਣ ਦੀ ਲੋੜ ਹੈ। ਉਹਨਾਂ ਦੇ ਖਿਲਾਫ਼ ਜਿਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਹੋ ਰਹੀ ਹੈ, ਇਸਦੀ ਹਰ ਪਾਸੇ ਨਿਖੇਧੀ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਬੀਜੇਪੀ ਖੁਦ ਇਸ ਬਿਆਨ ਤੋਂ ਪੱਲਾ ਛੁੜਾਉਂਦੀ ਨਜ਼ਰ ਆਈ ਹੈ, ਲੇਕਿਨ ਹੁਣ ਕੰਗਣਾ ਖਿਲਾਫ਼ ਕਾਰਵਾਈ ਦੀ ਮੰਗ ਵੀ ਵੱਡੇ ਪੱਧਰ 'ਤੇ ਉੱਠਣੀ ਸ਼ੁਰੂ ਹੋ ਗਈ। ਵੇਖਣ ਵਾਲੀ ਗੱਲ ਰਹੇਗੀ ਕਿ ਇਹ ਮਸਲਾ ਆਉਣ ਵਾਲੇ ਦਿਨਾਂ 'ਚ ਹੋਰ ਕੀ ਨਵੇਂ ਰੰਗ ਵਿਖਾਉਂਦਾ ਹੈ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।